ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਬੰਦੀਪ ਕੌਰ ਸੰਧੂ ਲੈ ਕੇ ਹਾਜ਼ਰ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਲੰਬੇ ਸਮੇਂ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਦਿੱਲੀ ਦੇ ਰਾਮ ਰਿਲਾ ਮੈਦਾਨ ਵਿੱਚ ਨੇ ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਇੱਕ ਵੱਡੀ ਰੈਲੀ ਕੀਤੀ ਸੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ 12 ਸਾਲ ਪਹਿਲਾਂ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਇਸ ਮੈਦਾਨ 'ਚ ਇਕੱਠੇ ਹੋਏ ਸੀ ਅੱਜ 12 ਸਾਲਾਂ ਬਾਅਦ ਇੱਕ ਵਾਰ ਫਿਰ ਉਸੇ ਜ਼ਮੀਨ ਤੇ ਇੱਕ ਹੰਕਾਰੀ ਤਾਨਾਸ਼ਾਹ ਨੂੰ ਹਟਾਉਣ ਲਈ ਇਕੱਠੇ ਹੋਏ ਹਾਂ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਵਾਲੇ ਹੰਕਾਰੀ ਹੋ ਗਏ ਜੇ ਇਹ 224 ਜਿੱਤ ਗਏ ਤਾਂ ਇਹ ਦੇਸ਼ ਦਾ ਸੰਵਿਧਾਨ ਬਦਲ ਦੇਣਗੇ ਤੇ ਬਾਅਦ ਵਿੱਚ ਦੇਸ਼ ਵਿੱਚ ਚੋਣਾਂ ਨਹੀਂ ਹੋਣਗੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਰਿੰਦਰ ਪੁੱਤਰ ਬਣ ਜਾਣਗੇ ਇਸ ਲਈ ਹੁਣ ਦੇਸ਼ ਨੂੰ ਜਾਗਣਾ ਪਵੇਗਾ ਮਾਨ ਨੇ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਨਹੀਂ ਬਚਿਆ ਤੇ ਦੇਸ਼ ਦੇ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਦੇਸ਼ ਬਚਾਉਣਾ ਪਵੇਗਾ ਇਹ ਦੇਸ਼ ਹਜ਼ਾਰਾਂ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾ ਦਿੱਤਾ ਸੀ ਇਸ ਦੇਸ਼ ਦੇ ਬਾਪ ਦੀ ਜ਼ਗੀਰ ਨਹੀਂ ਹੈ ਕਿ ਮੈਂ ਹੀ ਇਸ ਉੱਤੇ ਰਾਜ ਕਰਾਂਗਾ ਇਹ ਆਪਣੇ ਆਪ ਨੂੰ ਮਾਲਕ ਸਮਝਣ ਲੱਗੇ ਨੇ ਅਸੀਂ ਦੇਸ਼ ਉੱਤੇ ਰਾਜ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਕੇ ਸ਼ਕਤੀ ਪ੍ਰਦਰਸ਼ਨ ਨਹੀਂ ਹੈ ਅਸੀਂ ਇੱਥੇ ਸਿਰਫ ਇਸ ਲਈ ਆਏ ਹਾਂ ਕਿ ਤਾਂ ਜੋ ਇਸ ਮਾਮਲੇ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਉਹਨਾਂ ਕਹਿ ਕਿ ਜਨਤਾ ਧੁੱਪ ਚੱਕ ਤਾਰਾ ਲਗਾ ਕੇ ਆਪਣੀ ਪਸੰਦਾ ਨੇਤਾ ਚੁਣਦੀ ਹੈ ਪਰ ਮੋਦੀ ਜੀ ਅਤੇ ਭਾਜਪਾ ਨਹੀਂ ਚਾਹੁੰਦੇ ਕਿ ਕਿਸੇ ਹੋਰ ਪਾਰਟੀ ਦੀ ਸਰਕਾਰ ਬਣੇ ਪੰਜਾਬ ਸਰਕਾਰ ਨੇ ਚੁੱਪਚਾਪ ਹੀ ਜਨਤਾ ਨੂੰ ਵੱਡਾ ਝਟਕਾ ਦਿੱਤਾ ਹੈ ਭਗਵੰਤ ਮਾਨ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਤੇ ਵੈਟ ਕਰੀਬ 1 ਰੁਪਇਆ ਵਧਾ ਦਿੱਤਾ ਹੈ ਵਧੀਆਂ ਕੀਮਤਾਂ ਅੱਧੀ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਨੇ ਇਸ ਤੋਂ ਬਾਅਦ ਲਗਾਤਾਰ ਵਿਰੋਧੀਆਂ ਵੱਲੋਂ ਸਰਕਾਰ ਦੇ ਇਸ ਫੈਸਲੇ ਦੀ ਮੁਖਾਲਫਤ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਸਲਾਹ ਦਿੱਤੀ ਹੈ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਕਿ ਪੰਜਾਬ ਚ ਆਮ ਆਦਮੀ ਪਾਰਟੀ ਲੋ ਪੈਟਰੋਲ ਅਤੇ ਡੀਜ਼ਲ ਤੇ ਵਾਰ-ਵਾਰ ਵੈਟ ਵਧਾ ਕੇ ਆਮ ਲੋਕਾਂ ਅਤੇ ਕਿਸਾਨਾਂ ਤੇ ਬੇਲੋੜਾ ਬੋਝ ਪਾਇਆ ਜਾ ਰਿਹਾ ਹੈ ਪੰਜਾਬ ਚ ਪੈਟਰੋਲ ਦੀਆਂ ਕੀਮਤਾਂ ਉੱਤਰੀ ਭਾਰਤ ਵਿੱਚ ਸਭ ਤੋਂ ਵੱਧ ਅਤੇ ਡੀਜ਼ਲ ਦੀਆਂ ਕੀਮਤਾਂ ਦੂਜੇ ਨੰਬਰ ਤੇ ਨੇ ਭਗਵੰਤ ਮਾਨ ਸਰਕਾਰ ਨੂੰ ਦੇਲ ਦੀਆਂ ਕੀਮਤਾਂ ਚ ਕੀਤਾ ਇਹ ਵਾਅਦਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਪਿਛਲੇ ਕਈ ਦਿਨਾਂ ਤੋਂ ਕੈਨੇਡਾ ਤੋਂ ਜ਼ਬਰੀ ਵਤਨਵਾਪਸੀ ਦੀ ਮਾਰ ਚੱਲ ਰਹੀ ਪੰਜਾਬੀ ਨੌਜਵਾਨਾਂ 'ਚੋ ਵਿਦਿਆਰਥੀ ਲੱਪ੍ਰੀ ਸਿੰਘ ਦੀ ਵਤਨਵਾਪਸੀ ਤੇ ਕੈਨੇਡਾ ਸਰਕਾਰ ਨੇ ਰੋਕ ਲਗਾ ਦਿੱਤੀ ਹੈ ਇਸ ਮਗਰੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੈਨੇਡਾ ਸਰਕਾਰ ਦਾ ਧੰਨਵਾਦ ਕੀਤਾ ਉਹਨਾਂ ਕਹੇ ਕਿ ਮੈਂ ਕੈਨੇਡਾ ਸਰਕਾਰ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਬੇਨਤੀ ਨੂੰ ਸਵੀਕਾਰ ਕੀਤਾ ਹੈ ਦਿੱਲੀ ਦੀ ਜੇਲ੍ਹ ਚ ਗੈਂਗਸਟਰ ਲਾਰੈਂਸ ਦਾ ਮਰਡਰ ਹੋ ਸਕਦਾ ਹੈ ਦਿੱਲੀ ਜੇਲ੍ਹ ਪ੍ਰਸ਼ਾਸਨ ਨੇ ਦਿੱਲੀ ਕੋਰਟ 'ਚ ਅਪੀਲ ਦਾਇਰ ਕਰਕੇ ਸਾਫ਼ ਕੀਤਾ ਹੈ ਕਿ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਕਿਸੇ ਵੀ ਜੇਲ੍ਹ 'ਚ ਨਾ ਰੱਖ ਕੇ ਪੰਜਾਬ ਭੇਜ ਦਿੱਤਾ ਜਾਵੇ ਦੂਜੇ ਪਾਸੇ ਦਿੱਲੀ ਦੀ ਕੋਰਟ ਨੇ ਗੈਂਗਸਟਰ ਲਾਰੈਂਸ ਦੀ ਪੁਲਿਸ ਕਸਟਡੀ 14 ਜੂਨ ਤੱਕ ਵਧਾ ਦਿੱਤੀ ਹੈ ਜੇਲ੍ਹ ਪ੍ਰਸ਼ਾਸਨ ਦੀ ਅਪੀਲ ਤੇ ਨੋਟਿਸ ਲੈਂਦੇ ਹੋਏ ਕੋਰਟ ਨੇ ਵੀ ਗੈਂਗਸਲ ਦੀ ਕਸਟਡੀ ਪੂਰੀ ਹੋਣ ਤੋਂ ਬਾਅਦ ਉਸ ਨੂੰ ਬਠਿੰਡਾ ਜੇਲ੍ਹ ਨੂੰ ਸਪਰਦ ਕਰਨ ਲਈ ਆਖਿਆ ਦਰਸਾ ਲਾਰੈਂਸ ਕਾਫੀ ਸਮੇਂ ਤੋਂ ਬਠਿੰਡਾ ਸੈਂਟਰਲ ਜੇਲ੍ਹ ਚ ਬੰਦ ਸੀ ਇੱਥੋਂ ਤੋਂ ਉਸ ਨੂੰ ਗੁਜਰਾਤ ਪੁਲਿਸ ਨੇ ਇੱਕ ਅਪਰਾਧਿਕ ਮਾਮਲੇ ਦੀ ਜਾਂਚ ਲਈ ਹਿਰਾਸਤ ਵਿੱਚ ਲਿਆਂਦਾ ਸੀ ਅਤੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਲੈ ਕੇ ਗਈ ਸੀ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇੱਕ ਮਾਮਲੇ ਨੂੰ ਲੈ ਕੇ ਮਈ ਦੇ ਆਖਰੀ ਹਫਤੇ ਚ ਲਾਰੈਂਸ ਨੂੰ ਕਸਟਡੀ ਚ ਲਿਆ ਸੀ ਅਤੇ ਦਿੱਲੀ ਲੈ ਕੇ ਆਏ ਸੀ ਕੋਰਟ ਨੇ ਗੈਂਗਸਰ ਨੂੰ ਰਿਮਾਂਡ ਤੇ ਭੇਜ ਦਿੱਤਾ ਹੈ ਐਤਵਾਰ 11 ਜੂਨ ਨੂੰ ਲਾਰੈਂਸ ਨੂੰ ਕੋਰਟ ਚ ਪੇਸ਼ ਕੀਤਾ ਗਿਆ ਜਿੱਥੇ ਕੋਰਟ ਨੇ ਪੁਲਿਸ ਦੀ ਮੰਗ ਨੂੰ ਮੰਨਦੇ ਹੋਏ 14 ਜੂਨ ਤੱਕ ਕਸਟਡੀ ਵਧਾ ਦਿੱਤੀ ਹੈ ਤੇ ਨਾਲ ਹੀ ਦਿੱਲੀ ਪ੍ਰਸ਼ਾਸਨ ਦੀ ਉਸ ਮੰਗ ਨੂੰ ਵੀ ਮੰਨ ਲਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਗੈਂਗਸਰ ਦੀ ਕਸਟਡੀ ਪੂਰੀ ਹੋਣ ਤੋਂ ਬਾਅਦ ਉਸ ਨੂੰ ਸਿੱਧਾ ਬਠਿੰਡਾ ਜੇਲ੍ਹ ਵਿੱਚ ਸਪੁਰਦ ਕੀਤਾ ਜਾਏਗਾ ਕੋਰਟ ਨੇ ਇਸ ਵਿਚਕਾਰ ਸੁਰੱਖਿਆ ਦੇ ਪੂਖਤਾ ਇੰਤਜ਼ਾਮ ਕਰਨ ਦੇ ਵੀ ਆਦੇਸ਼ ਦਿੱਤੇ ਨੇ ਪੰਜਾਬ ਦੇ ਅੰਮ੍ਰਿਤਸਰ 에어ਪੋਰਟ ਤੋਂ ਉਡਾਨ ਭਰਨ ਤੋਂ ਬਾਅਦ IndiGo ਦੀ ਫਲਾਈਟ 6E645 ਪਾਕਿਸਤਾਨ 에ਅਰਸਪੇਸ ਵਿੱਚ ਚ ਪਹੁੰਚ ਗਈ। ਤਕਰੀਬਨ 31 ਮਿੰਟ ਤੱਕ ਇਹ ਉਡਾਣ ਪਾਕਿਸਤਾਨੀ 에ਅਰਸਪੇਸ 'ਚ ਰਹੀ ਅਤੇ ਫਿਰ ਸੁਰੱਖਿਤ ਭਾਰਤੀ 에ਅਰਸਪੇਸ ਵਿੱਚ ਵਾਪਸ ਆ ਗਈ। ਖਰਾਬ ਮੌਸਮ ਦੇ ਕਰਕੇ ਅਜਿਹਾ ਹੋਇਆ ਅਤੇ ਇੰਟਰਨੈਸ਼ਨਲ ਨਿਯਮਾਂ ਦੇ ਕਰਕੇ ਪਾਕਿਸਤਾਨ ਨੂੰ ਸਪੇਸ ਦੇਣੀ ਪਈ ਹੈ। ਮੇਰੀ ਜਾਣਕਾਰੀ ਦੇ ਅਨਸਾਰ ਇੰਡੀਗੋ ਦੀ ਫਲਾਈਟ ਨੇ ਸ਼ਨੀਵਾਰ ਰਾਤ 8 ਵਜੇ ਇੱਕ ਕਮੈਂਡ ਤੇ ਭਾਰਤੀ ਸਮੇਂ ਅਨੁਸਾਰ ਅਮ੍ਰਿਤਸਰ 에ਅਰਪੋਰਟ 'ਚ ਅਮਰਦਾਬਾਦ ਦੇ ਲਈ ਉੱਡਦੀ ਸੀ ਪਰ ਚੰਦ ਮਿੰਟਾਂ 'ਚ ਮੌਸਮ ਖਰਾਬ ਗਿਆ ਹਵਾ ਦੇ ਨਾਲ ਉਡਾਨ ਨੂੰ ਪਾਕਿਸਤਾਨ 에ਅਰਸਪੇਸ ਚ ਜਾਣਾ ਸੀ ਪਾਕਿਸਤਾਨ ਨਾਗਰਿਕ ਉਡਣ ਅਥਾਰਟੀ ਨੇ ਦੱਸਿਆ ਕਿ ਇਹ ਫਲਾਈਟ ਲਾਹੌਰ ਦੇ ਨਜ਼ਦੀਕ ਪਾਕਿਸਤਾਨ ਚ ਪਟ ਗਈ ਅਤੇ ਗੁਜਰਾਂਵਾਲਾ ਤੱਕ ਚਲੀ ਗਈ ਸੀ ਪਾਕਿਸਤਾਨ ਫਲਾਈਟ ਰਡਾਰ ਦੇ ਅਨੁਸਾਰ ਇੰਡੀਗੋ ਵਿਵਾਨ 454 ਕੰਟੋਸ ਦੀ ਗਤੀ ਦੇ ਲਾਹੌਰ ਚ ਉੱਤਰ ਚ ਲਗਭਗ 8 ਵਜੇ ਪ੍ਰਵੇਸ਼ ਕੀਤਾ ਸੀ ਅਤੇ 8:30 ਵਜੇ ਉਹ ਵਾਪਸ ਪਰਤੀ ਸੀ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਦੁਬਾਰਾ ਗਠਜੁਟ ਹੋਣ ਦੀ ਸੰਭਾਵਨਾ ਨੂੰ ਇਨਕਾਰ ਕਰ ਦਿੱਤਾ ਹੈ। ਇੱਕ ਪਾਸੇ ਚਰਚਾ ਚੱਲ ਰਹੀ ਸੀ ਕਿ ਭਾਜਪਾ ਅਤੇ ਸ਼੍ਰੋਮ ਨੇ ਅਕਾਲੀ ਦਲ ਦਾ ਦੁਬਾਰਾ ਗੱਠਜੋੜ ਹੋ ਸਕਦਾ ਹੈ ਭਾਜਪਾ ਅਤੇ ਅਕਾਲੀ ਦਲ ਦੇ ਗੱਠਜੋੜ ਬਾਰੇ ਪੁੱਛੇ ਜਾਣ ਤੇ ਕੇਂਦਰੀ ਮੰਤਰੀ ਹਰਦੀਪਪੁਰੀ ਨੇ ਕਿਹਾ ਕਿ ਇਹ ਫੈਸਲਾ ਪਾਰਟੀ ਨੇ ਲੈਣਾ ਹੈ ਅਕਾਲੀ ਦਲ ਦੇ ਕੋਈ ਚੰਗੇ ਲੋਕ ਪਹਿਲਾਂ ਹੀ ਸਾਡੇ ਪੱਖ ਵਿੱਚ ਆ ਚੁੱਕੇ ਨੇ ਅਤੇ ਅਸੀਂ ਉਹਨਾਂ ਤੋਂ ਕੁਝ ਨੂੰ ਜਲੰਧਰ ਚ ਕੰਮ ਵਿਲਾ ਦਿੱਤਾ ਹੈ ਜਲਦੀ ਹੀ ਅਕਾਲੀ ਦਲ ਨਾਲ ਕਈ ਲੋਕ ਹੋਰ ਆ ਸਕਦੇ ਨੇ ਅਤੇ ਭਾਜਪਾ ਚ ਸ਼ਾਮਲ ਹੋ ਸਕਦੇ ਨੇ ਫਿਲਹਾਲ ਇਸ ਹਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਨਦੇਰੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 ਐਫਐਮ ਸਤਿ ਸ਼੍ਰੀ ਅਕਾਲ